ਪੱਖ ਦੀਆਂ ਦਲੀਲਾਂ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਜੋ ਸਰਕਾਰ ਬਣੀ ਉਹਦੇ ਚ ਘੱਟੋ ਘੱਟ 100 ਕਰੋੜ ਰੁਪਏ ਤੋਂ ਵੱਧ ਦਾ ਵਿਕਾਸ ਕੱਲਾ ਅਮਲੋਖ ਲੱਖੇ ਚ ਹੋਇਆ। ਪੱਖ ਦੇ ਦਾਅਵੇ, ਕਾਂਗਰਸ ਪਾਰਟੀ ਨੇ ਬੇਰੋਜ਼ਗਾਰੀ ਦਿੱਤੀ ਹੈ। ਵਿਕਾਸ ਦੀ ਗੱਲ ਕਰੀਏ, ਵਿਕਾਸ ਦੀਆਂ ਗੱਲਾਂ ਹੀ ਨੇ, ਵਿਕਾਸ ਹੋਇਆ ਕਿਧਰੇ ਦਿਖਾਈ ਨਹੀਂ ਦਿੰਦਾ। ਕੁਰਸੀ ਦੀ ਖਿੱਚੋ ਤਾਂ ਉਲਝੇ ਹਕੀਕੀ ਮੁੱਦੇ। 50 ਰੁਪਏ ਤਾਂ ਦਾਲ ਹੋਈ ਪਈ ਹੈ, ਗਰੀਬ ਆਦਮੀ ਕਿੱਥੋਂ ਖਾਲੂਗਾ? ਅਕਾਲੀ ਸਰਕਾਰਾਂ ਵਿੱਚ ਆਈ ਕਾਂਗਰਸ ਦੀ ਵੀ ਨੌਕਰੀ ਮਿਲਣੀ ਚਾਹੀਦੀ ਹੈ। ਚੋਣਾਂ ਦੇ ਸ਼ੋਰ ਸ਼ਰਾਬੇ ਚ ਕੀ ਹੈ ਹਲਕਾ ਅਮਲੋ ਦੇ ਵੋਟਰਾਂ ਦੀ ਲੋਕ ਰਾਏ? ਦੇਖੋ ਰਣਭੂਮੀ ਅੱਜ ਰਾਤੀ 8 ਵਜੇ।